लाडोवाल टोल प्लाजा चार बज चुके ने, बंद जिहड़ा सीगा पूरे जोरां शोरां नाल चलिया। एक साल बाद भी जिहड़े किसान ने ते किसानां नाल हुण मजदूर ते आम वर्ग आ, जिवें तुहानूं पता वा जम्मू दे विच भी जम्मू बंद किया गया रिलायंस ते अडानी दे खिलाफ। अज्ज साडे नाल युवा नेता सरदार हरमीत सिंह कादिया जी ने। सरदार हरमीत सिंह कादिया नूं सारे जाणदे ने, लेकिन कुछ गल्लां इहो जिहियां ने जिहड़ी अज्ज मैं तुहाडे नाल सांझियां करना चाहूँगा। सरदार हरमीत सिंह कादिया जी जिहड़े दादा जी सीगे सरदार प्रताप सिंह कादिया, उन्होंने इंदिरा गांधी नाल अड्डा लिता सीगा 1972 च दिल्ली घेरी सी। उस तों बाद पहले जिहड़े किसान प्राइम मिनिस्टर सीगे इंडिया दे उह बने चौधरी चरण सिंह, ते उह कादिया भी आए सीगे। उस तों बाद इन्हां दे फादर साहब उन्होंने जाके चंडीगढ़ घेरिया सीगा, किहदे वास्ते? किसानां वास्ते। वह भी उस समय जदों पंजाब च बंदा सवेरे निकलदा सी ते शाम नूं जिउंदा वापस आए उहदी कोई गरंटी नहीं सी। उह टाइमां दे विच जदों तशद्दुद पूरा सी सरकार दा, उह टाइमां दे विच रोज़ गार्डन पूरा एड्डा सारा कट होया सी, पूरा चंडीगढ़ जाम करता सी। अज एक पूरा साल हो चलिया वा, उस जगह तो जिहड़ी ट्रालियां दिल्ली जाके खड़ियां ने, साडी आशा वा कि उही ट्रालियां जित्तर लैके वापस आउण। असी कादिया साहब नाल उन्हां नूं थोड़ा जिहा सवाल पुछांगे कि जिहड़ा थोड़ा पिछोकड़ आ, कि इह की गल आ कि जदों भी सेंटर या दिल्ली दे विच आवाज़ उठदी आ जां कोई ऐसे कानून बणदे ने जां कोई ऐसी नीति बनाई जांदी आ जो किसानां दे खिलाफ आ, थोड़ा जिहड़ा परिवार आ ਉਹ ਆਡਾ ਲੈਣ ਨੂੰ ਕਿਉਂ ਚਲੇ ਜਾਂਦਾ ਵਾ? ਕਿਉਂ ਡਰ ਨਹੀਂ ਲੱਗਦਾ? ਕਿਤੇ ਘਬਰਾਹਟ ਨਹੀਂ ਹੁੰਦੀ? ਕਿਤੇ ਐਂ ਨਹੀਂ ਲੱਗਦਾ ਕਿ ਸਰਕਾਰ ਸਾਰਾ ਕੁਝ ਖੋਲੂਗੀ? ਤੁਹਾਡੇ ਅੰਦਰ ਉਹ ਕਿਹੜਾ ਜਜ਼ਬਾ ਵਾ ਜਿਹੜਾ ਤਿੰਨ ਪੀੜ੍ਹੀਆਂ ਤੋਂ ਬਾਅਦ ਵੀ ਠੰਡਾ ਨਹੀਂ ਹੁੰਦਾ ਅਤੇ ਚੌਥੀ ਪੀੜ੍ਹੀ ਵੀ ਸਾਨੂੰ ਪਤਾ ਤੁਸੀਂ ਤਿਆਰ ਕਰ ਰਹੇ ਹੋ? ਗੱਲ ਅੱਡੇ ਲੈਣ ਦੇ ਨਹੀਂ ਹੁੰਦੀ। ਜਿਹੜੇ ਤੁਸੀਂ ਖੇਤ 'ਚੋਂ ਰੋਟੀ ਕਮਾਉਂਦੇ ਹੋ ਉਹ ਤੁਹਾਡੀ ਰੋਜ਼ੀ ਰੋਟੀ ਹੁੰਦੀ ਆ। ਜਿਵੇਂ ਰੋਜ਼ੀ ਰੋਟੀ ਨੂੰ ਕੋਈ ਅਟੈਕ ਕਰੂਗਾ, ਜੇ ਕਿਸੇ ਕੁੱਤੇ ਨੂੰ ਵੀ ਰੋਟੀ ਖਾਂਦਾ ਹਟਾਈਏ ਤਾਂ ਉਹ ਵੀ ਭਾਅ ਵੱਢਦਾ ਵਾ। ਅਤੇ ਜਦੋਂ ਜਦੋਂ ਵੀ ਇਹਦੇ ਉੱਤੇ ਅਟੈਕ ਹੋਏ ਆ, ਕਿਸਾਨੀ ਦੇ ਉੱਤੇ ਅਟੈਕ ਹੋਏ ਆ, ਉਹ ਬਰਾਬਰ ਖੜੇ ਆ। ਕਿਉਂਕਿ ਪਹਿਲਾਂ ਜਿਹੜੀ ਇੰਦਰਾ ਗਾਂਧੀ ਦੀ ਗੱਲ ਦੱਸੀ, ਉਹਨੇ 76 ਰੁਪਏ ਕਣਕ ਕਰਕੇ ਅਗਲੇ ਸਾਲ 72 ਰੁਪਏ ਕਰਤੀ ਸੀਗੀ, ਅਤੇ ਉਹਨਾਂ ਨੇ 72 ਰੁਪਏ ਤੋਂ 76 ਰੁਪਏ ਕਰਾਉਣ ਵਾਸਤੇ ਦਿੱਲੀ ਘੇਰਨੀ ਪੈ ਗਈ ਸੀ। ਤਾਂ ਉਹ 76 ਰੁਪਏ ਕਰਾਉਣ ਲੱਗੇ ਇੱਕ ਇੰਦਰਾ ਗਾਂਧੀ ਨੇ ਇੱਕ ਵਰਡ ਕਹਿਤਾ, ਕਹਿੰਦਾ ਜਿਹੜਾ ਵੀ ਵਰਗ ਸੰਗਠਨ ਨਹੀਂ ਹੋਊਗਾ ਉਹ ਆਪਣੀ ਲੜਾਈ ਨਹੀਂ ਕਦੀ ਲੜ ਸਕਦਾ। ਬਿਨਾਂ ਸੰਗਠਨ ਹੋ ਕੇ ਬੰਦਾ ਜਦੋਂ ਅਲੱਗ ਅਲੱਗ ਰਹਿੰਦਾ ਤਾਂ ਲੜਾਈ ਹਾਰ ਜਾਂਦਾ ਅਤੇ ਜਾਂ ਲੜਾਈ ਲੜ ਸਕਦਾ। ਤਾਂ ਉਸ ਦਿਨ ਤੋਂ ਹੀ ਮੇਰੇ ਗ੍ਰੈਂਡਫਾਦਰ ਨੂੰ ਪਤਾ ਲੱਗਿਆ ਵੀ ਇਹ ਸੰਗਠਨ ਬਣਾਉਣਾ ਪੈਣਾ ਤਾਂ ਇਹ ਲੜਾਈ ਅੱਗੇ ਵਧੂਗੀ, ਸੰਗਠਨ ਇਕੱਠਾ ਹੋ ਕੇ ਵੱਧਦਾ। ਇਸ ਤਰ੍ਹਾਂ ਹੀ ਜਦੋਂ ਹੁਣ ਕੋਵਿਡ-19 ਚੱਲਦੀ ਪਈ ਸੀ, ਜੋ ਘਰਾਂ ਚੋਂ ਲੋਕ ਨਹੀਂ ਨਿਕਲਦੇ ਸੀ, ਜਦੋਂ ਤੁਸੀਂ ਮੇਰੇ ਫਾਦਰ ਸਾਹਿਬ ਦੀ ਗੱਲ ਕੀਤੀ 86 ਦਾ ਘਰਾਓ ਸੀ, SYL ਦੀ ਨਹਿਰ ਪੱਟ ਕੇ ਪਾਣੀ ਸਾਡਾ ਬਾਹਰ ਹਰਿਆਣੇ ਨੂੰ ਦੇਣਾ ਚਾਹੁੰਦੇ ਸੀ, ਉਦੋਂ ਉਹ ਗਵਰਨਰ ਰਾਜ ਸੀ, ਗਵਰਨਰ ਘੇਰਨਾ ਪਿਆ ਅਤੇ ਉਹ ਜਦੀ ਨਹਿਰ ਰੁਕੀ ਹੋਈ, ਅੱਜ ਤੱਕ ਤੁਹਾਡੇ ਸਾਹਮਣੇ SYL ਦੀ ਰੁਕੀ ਹੋਈ ਹੈ। ਅਤੇ ਹੁਣ ਕੋਵਿਡ-19 ਦੇ ਵਿੱਚ ਇਹਨਾਂ ਨੇ 5 ਜੂਨ ਨੂੰ 3 ਕਾਨੂੰਨ ਲਾਗੂ ਕਰਕੇ ਸਾਡਾ ਮਤਲਬ ਸੋਸ਼ਲ ਸਿਸਟਮ ਵੀ ਇਕਨੋਮਿਕ ਸਿਸਟਮ ਵੀ ਦੋਨੇ ਵਿਗਾੜਨ ਦੀ ਕੋਸ਼ਿਸ਼ ਕੀਤੀ, ਕਿਉਂਕਿ ਅਸੀਂ ਖੇਤੀ ਆਪਣੇ ਗੁਜ਼ਾਰੇ ਲਈ ਕਰਦੇ ਹਾਂ, ਪ੍ਰੋਫਿਟ ਲਈ ਨਹੀਂ ਕਰਦੇ। ਅਸੀਂ ਆਪਦੇ ਘਰ ਦੇ ਗੁਜ਼ਾਰੇ ਲਈ ਉਹ ਕੰਮ ਚਲਾਉਂਦੇ ਹਾਂ, ਕੋਈ ਏਡਾ ਵੱਡਾ ਪ੍ਰੋਫਿਟੇਬਲ ਕੰਮ ਨਹੀਂ ਹੁੰਦਾ ਵੀ ਇਹ ਨਵੇਂ ਬਿਜ਼ਨਸ ਹੁੰਦੇ ਆ ਵੀ 4 ਪੈਸੇ ਵੱਧ ਬਚਦੇ ਹੋਣ ਅਤੇ ਇਹ ਕਿੰਨੇ ਗੁਣਾ ਹੀ ਬਚਦੇ ਹੋਣ। ਇਹ ਸਿਰਫ ਸਾਡਾ ਖਾਣ ਪੀਣ ਦਾ ਸਾਧਨ ਬਣਿਆ ਹੋਇਆ। ਜਿਹੜੀ ਇਸ ਟਾਈਮ ਹਾਲਾਤ ਨੇ ਉਹ 2 ਹੈਕਟੇਅਰ ਤੋਂ ਥੱਲੇ ਜ਼ਮੀਨ ਆਮ ਫਾਰਮਰ ਕੋਲ ਆ ਚੁੱਕੀ ਆ, ਜਿਹਦੇ 'ਚ ਮਸਾਂ ਉਹ ਆਪਦਾ ਗੁਜ਼ਾਰਾ ਕਰਦਾ, ਅਤੇ ਉਸ ਗੁਜ਼ਾਰੇ ਨੂੰ ਵੀ ਇਹ ਵੱਡੀਆਂ ਕੰਪਨੀਆਂ ਖੋਣਾ ਚਾਹੁੰਦੀਆਂ ਨੇ। ਕਿਉਂਕਿ ਇਹਨਾਂ ਨੂੰ ਇਹ ਪਤਾ ਲੱਗ ਗਿਆ ਕੋਵਿਡ-19 ਦੇ ਵਿੱਚ ਵੀ ਵੱਡੇ ਰੂਪ ਦੇ ਵਿੱਚ ਸਾਰਾ ਕੁਝ ਬੰਦ ਹੋ ਜਾਏ, ਜੇ ਲੜਾਈ ਲੱਗ ਜਾਏ ਤਾਂ, ਜੇ ਕੋਈ ਬਿਮਾਰੀ ਆ ਜਾਏ, ਇੱਕੋ ਇੱਕ ਜਿਹੜਾ ਖਾਦੇ ਪਦਾਰਥ ਆ ਵੀ ਇਹ ਚੱਲਦਾ ਰਹੂਗਾ। ਇਹ ਰਾਸ਼ਨ ਦੀ ਦੁਕਾਨਾਂ ਬੰਦ ਨਹੀਂ ਹੋਈਆਂ, ਰਾਸ਼ਨ ਸਪਲਾਈ ਕਰਨੀ ਪਈ, ਮਜਬੂਰੀ 'ਚ ਵੀ ਕਰਨੀ ਪੈਂਦੀ ਆ, ਅਤੇ ਇਹ ਚੀਜ਼ ਦੇ ਉੱਤੇ ਆਉਣ ਵਾਲੇ ਜਿਹੜਾ ਗਲੋਬਲ ਵਾਰਮਿੰਗ ਆ ਉਹਦਾ ਇਹਦਾ ਟੈਕਸ ਰਹਿੰਦੇ ਹੋਏ ਇਹ ਪੰਜਾਬ ਆ ਪਾਣੀ ਆ। ਅਤੇ ਨੌਰਥ ਇੰਡੀਆ ਤਕਰੀਬਨ ਮੈਂ ਸਾਰਾ ਹੀ ਕਹੂੰਗਾ, ਨੌਰਥ ਇੰਡੀਆ ਵੈਜੀਟੇਬਲ ਗਰੋਥ ਵਧੀਆ ਵਾ, ਉੱਪਰ ਦਰਿਆ ਪੈਂਦੇ ਨੇ, ਪਾਣੀ ਦਾ ਸਾਧਨ ਜਿੰਦਾ ਰਹੂਗਾ। ਜੇ ਤਲੜੇ ਪਾਣੀ ਵੀ ਮੁੱਕ ਗਏ ਤਾਂ ਵੀ ਆਉਂਦੇ ਰਹਿਣਗੇ। ਉਹ ਇਹ ਖਾਦੇ ਪਦਾਰਥ ਦੇ ਉੱਤੇ ਅਟੈਕ ਕੀਤਾ ਜਿਹੜਾ ਕਿ ਆਪਾਂ ਰੋਕ ਰਹੇ ਹਾਂ। ਕਾਦੀਆਂ ਸਾਹਿਬ ਜਿਹੜੇ ਹੈਗੇ, ਇਹਨਾਂ ਦਾ ਪਰਿਵਾਰ ਪਾਕਿਸਤਾਨ ਨੂੰ ਆਇਆ ਸੀਗਾ, ਇੱਥੇ ਆਏ, ਜਿਹੜੇ ਏਰੀਏ 'ਚ ਮਿਲਿਆ ਵਾ ਆਹੀ ਏਰੀਆ ਵਾ ਇਹਨਾਂ ਦਾ ਕਾਦੀਆਂ ਵਾਲਾ। ਇੱਥੇ ਪਾਣੀ ਦੀ ਮਾਰ ਪੈਂਦੀ ਸੀ, ਕੋਈ ਜ਼ਮੀਨ ਨਹੀਂ ਸੀ, ਉਹ ਇਹਨਾਂ ਨੇ ਸਿੱਧੀਆਂ ਪੱਧਰੀਆਂ ਕੀਤੀਆਂ, ਹਜੇ ਫਸਲਾਂ ਲਾਈਆਂ, ਨਾਲ ਹੀ ਇੰਦਰਾ ਗਾਂਧੀ ਵਾਲਾ ਕੰਮ ਹੋ ਗਿਆ, ਹਜੇ ਉਹ ਹਜੇ ਠੀਕ ਹੋਇਆ, ਨਾਲ ਹੀ ਪੰਜਾਬ ਦੇ ਹਾਲਾਤ ਖਰਾਬ ਹੋ ਗਏ। ਜੇ ਮੈਂ ਗਲਤ ਨਾ ਹੋਵਾਂ ਤਾਂ ਆਪ ਜੀ ਦੇ ਦਾਦਾ ਜੀ ਨੇ ਅਸੈਂਬਲੀ ਦੇ ਵਿੱਚ ਗੱਲ ਕਹੀ ਸੀ ਕਿ ਟਰੈਕਟਰ ਦਾ ਜੱਟ ਦਾ ਗੱਡਾ ਵਾ, ਇਹਦੀ ਲਾਇਸੈਂਸ ਦੀ ਲੋੜ ਨਹੀਂ। ਬਿਲਕੁਲ ਉਹ ਗੱਲ ਕਹੀ ਹੋਈ ਆ, ਉਦੋਂ ਬਾਅਦ ਲਾਇਸੈਂਸ ਦੀ ਵੀ ਲੋੜ ਨਹੀਂ ਪਈ, ਟੈਕਸ ਦੀ ਵੀ ਨਹੀਂ ਲੋੜ ਪਈ, ਬਾਦਲ ਸਾਹਿਬ ਨੂੰ ਆ ਕੇ ਉਹ ਟੈਕਸ ਮਾਫ ਵੀ ਕਰਨਾ ਪਿਆ ਸੀਗਾ, ਅਤੇ ਉਹ ਵਕਤ ਦੀ ਗੱਲ ਆ। ਅੱਜ ਦੇ ਵਕਤ ਹੁਣ ਆਪਾਂ ਲੜਾਈ ਜਿਹੜੀ 3 ਕਾਨੂੰਨਾਂ ਦੇ ਉਲਟ ਲੜ ਰਹੇ ਹਾਂ। ਅਤੇ ਆਹ ਦੇਖ ਲਓ ਕਿ ਉਹ ਜਿਹੜੇ ਟਰੈਕਟਰ ਦੇ ਉੱਤੇ ਜਿਹੜਾ ਲਾਇਸੈਂਸ ਬੰਦ ਕਰਾਇਆ ਸੀ, ਅੱਜ ਉਹੀ ਟਰੈਕਟਰ ਟਰਾਲੀ ਦੇ ਉੱਤੇ ਜਿਹੜੇ ਕਿਸਾਨ ਨੇ ਉਹ ਦਿੱਲੀ ਦੀ ਬਰੂਹਾਂ 'ਤੇ ਜਾ ਕੇ ਬੈਠੇ ਨੇ। ਜਿਹੜੇ ਆਹ ਤੁਸੀਂ 1 ਸਾਲ ਹੋ ਗਿਆ, ਤੁਹਾਡੇ 'ਤੇ ਕਿਹੜੀ ਕਿਹੜੀ ਤੁਮਤ ਨਹੀਂ ਲੱਗੀ? ਪਿੰਡ ਦੇ ਵਿੱਚ ਕਿਸੇ 'ਤੇ ਥੋੜ੍ਹੀ ਜਿਹੀ ਤੁਮਤ ਲੱਗਦੀ ਆ ਕਿ ਇਹ ਬੰਦੇ ਦਾ ਕਰੈਕਟਰ ਠੀਕ ਨਹੀਂ, ਇਹ ਠੀਕ ਨਹੀਂ, ਉਹ ਵਿਚਾਰਾ ਸਫਾਈਆਂ ਦਿੰਦਾ ਮਰ ਜਾਂਦਾ ਵਾ। ਲੇਕਿਨ
एक साल हो गया थोड़े दे नैशनल मीडिया गोदी मीडिया आ मैं खुद नैट पर देखता रहा वहाँ बंदियां ने पता नहीं केड़ी केड़ी आइडिया बना के की कुछ नहीं किया केड़े पासे तोड़न की गल नहीं की। मैनू अज भी याद आ तुसी दिल्ली सीगे रात दे 11-12 बजे कुछ मुंडे आए पानी मंगया गोली चली तुसी उस टाइम जाके गए कितने होया कि किसी ने वीडियो कढ़ती अज रात 11 बजे हमला होना सारे भजो जी उत्थे सिलेंडर ब्लास्ट हो जाएंगे CRPF आ गया जी हुण तां फौज आ गई है। ये पूरे साल के जिहड़ा थोड़ा इतना आत्म विश्वास है ये डोलता क्यों नहीं? देखो ये अपने गुरु साहब की मेहरबानी है तो एक संयुक्त होकर जो गए हैं ना उत्थे एक अलग ही रूह फुकी जाती है। तुसी भी कभी उत्थे सिंघू बार्डर आओ तुहानू ऐ लगेगा जिवें तीर्थ स्थान पर आने तो हर वर्ग उत्थे जाके अपना यह महसूस करता भी ये लड़ाई मेरी अपनी है तो मैनू लड़ाई अपनी लड़नी पेगी तो यह भी एक रूह थोड़ी जो तकड़ी होकर लगती है तो थोड़ा विश्वास आता भी हाँ आपां लड़ाई लड़नी है। तो तकरीबन मैं तो यह कहूँगा साडा जिहड़ा प्रचार होकर एक साल तक हर पंजाबी तक पहुँचा तो हर पंजाबी ने वो लड़ाई आप लड़ी है। ईवन बाहर बैठे ने साडा उत्थे जिहड़े आर्थिक मदद की है भी ये लड़ाई तुसीं हारनी नहीं ये ना हार के मुड़नी है आपां ये लड़ाई जित के मुड़ांगे। ये एवें महसूस हो रहा वा जिवें एक दिल्ली का किला वा तो किले के अगेंस्ट जिहड़ी हैगी आ उह समुंदर दी लहरां जा रही ने जदों लहर जाती है बहुत जोर की लगती है पिछे आउंदी है सारे कहिंदे अंदोलन दे विचों हवा निकल गई और जदों दुबारा आउंदी है होर जोर की आउंदी है। हुण तां पंजाब ते यूपी दे जिहड़े इलैक्शन आ उहनूं देखदे होए जिहड़ी सरकारां ने उहनां नूं खुद समझ नहीं आ रहा सी की करिए हरियाणे दे विच किड्डा विरोध हो रहा वा सानूं किन्ना तोड़न की कोशिश की ये किसी बेगाने उत्थे जाके स्टेट दे विच बैठे ने उत्थे वाली स्टेट वाले ने पूरा ख्याल रख्या इधर आ साल हो गया इत्थे लंगर चलदे नूं आ जिमीदार ने सारा किया वा किने सपोर्ट की है जिमीदार ने एक दूजे नूं की आ जिहड़े बाहर बच्चे बैठे आ उहनां ने सपोर्ट की आ लेकिन सानूं खुशी आ कि साडे कोल इहो जिहे आगू ने जिन्हां ने सरकार की हरेक गल हरेक चाल नूं एक साल तो फेल किया उहनां कोल बंदे ने जिहड़े 50-50 साल का एक्सपीरियंस आ ते साडे बंदिआं कोल सिर्फ एक विश्वास आ। कादियां साहब अखीर दे विच चंद लफ्ज़ां दे विच कुछ इह जी गल कहो जिदे नाल जिहड़े बाकी जिहड़े बंदे ने क्योंकि अज जम्मू वाले भी नाल ने आम जनता भी नाल आ ट्रैफिक खुल गया लेकिन तुहानूं आम जनता नहीं दिंदी पई तुसीं इहनां नूं की कहना चाहुंदे जिहड़ा रोश आ वो बहुत ज़्यादा जिहड़ा दबिया होया हुण निकलदा पिया वा। देखो रोस सरकारां दे उल्ट सी स्पैशली मैं गल करा मोदी सरकार के उल्ट जिहड़े लड़े आ तो वह एक वड्डी लड़ाई मनी जाई है क्योंकि कहिंदे सी मोमी मोदी है तो मुमकिन है वह गल नूं असी फेल कीता अज जिहड़ी उहदी लहर नूं टक्कर दित्ती अज जे ओपोजिशन के तौर पर भी लड़े हाँ बाहर रहिंदे होए भी वह भी एक किसान मूवमेंट आ संयुक्त मोर्चा जिहड़ा लड़िया वा तो आम लोग इहदे विच हिस्सा तां ही बनते जा रहे हैं क्योंकि वो जिहड़ी GST लाइया सी नोटबंदी कीतियां सी काफ़ी देर ते इहो जे टैक्स ला रहे सीगे जिहड़े लोगों को समझ नहीं आ रहे सी किवें संगठन होकर इन्हां दे उल्ट लड़ीए उन्होंने भी इस संयुक्त मोर्चे जो बहुत आस रखी भी यह लड़ सकदे आ तो इहदा सहयोग कर कीता जावे। तो एक लास्ट सवाल जिहड़े सारे पुछदे आ लेकिन असीं भी पुछ ही लैंदे आ जिहड़े उत्ते बैठे ने जिहड़े कानून बनाने वह तो वोटां तों लैके आउंदे ने सारे कहिंदे ने जी तां वोटां दी चुनी सरकार आ तुसीं इहनां दा विरोध क्यों करदे हो तुसीं भी सरकार बना लो। देखो सरकार बनाउणी आ इक वड्डा चैप्टर हुंदा असीं एक मैं खुद आप एक जथेबंदी नूं बिलोंग करदा असीं किसानी तौर ते लड़दे हां सरकारां नूं सारे वर्ग दिखणे पैंदे हुंदे आ असीं एक वर्ग तों आउंदे हां पर पोलीटिकल साइंस तुसीं भी पढ़ी हुई आ उहदा एक बड़ा सबजैक्ट हुंदा प्रैशर ग्रुप जे प्रैशर ग्रुप ना होवे डेमोक्रेसी सरवाइव नहीं करदी जे अज प्रैशर ग्रुप सीगा ता ही आपां सरवाइव कर रहे हैं अंदोलन लड़न च नहीं तो कोई भी पोलीटिकल पार्टी ने अज तक भी एड्डा बड़ा अंदोलन नहीं लड़ के दिखाया ना उत्थे जाके बैठे आ ना एड्डे लंबा लड़े आ। बिल्कुल धन्यवाद कादियां साहब।